ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ 11-11 ਕੁੰਡੇ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ ਦੋ ਕੁੰਡੇ ਵੱਧ ਚਲੋ ਜੀ ਸ਼ੁਰੂ ਕਰਦੇ ਆਂ ਡਿਜ਼ਾਈਨ ਬਣਾਉਣਾ ਪਹਿਲੀ ਸਲਾਈ ਸਿੱਧੀ ਸੈਣ ਸਾਰੀ ਸਲਾਈ ਸਿੱਧੀ-ਸਿੱਧੀ ਬੁਣ ਕੇ ਕੰਪਲੀਟ ਕਰੀਏ ਦੂਸਰੀ ਸਲਾਈ ਉਲਟੀ ਸਾਈਡ ਸਾਰੀ ਸਲਾਈ ਉਲਟੀ-ਉਲਟੀ ਬਣ ਕੇ ਕੰਪਲੀਟ ਕਰਾਂਗੇ ਤੀਸਰੀ ਸਲਾਈ ਸਿੱਧੀ ਸਾਈਡ ਸਾਰੀ ਸਲਾਈ ਸਿੱਧੀ ਸਿੱਧੀ ਬੰਨ ਕੇ ਕੰਪਲੀਟ ਕਰਾਂਗੇ ਚੌਥੀ ਸਲਾਈ ਉਲਟੀ ਸਾਈਡ ਸਾਰੀ ਸਲਾਈ ਉਲਟੀ ਉਲਟੀ ਬੁਣ ਕੇ ਕੰਪਲੀਟ ਕਰਾਂਗੇ ਚਾਰ ਸਲਾਈਆਂ ਮਨਕੇ ਕੰਪਲੀਟ ਕਰ ਲਈਆਂ ਦੋ ਉਲਟੀਆਂ ਦੋ ਸਿੱਧੀਆਂ ਪੰਜਵੀਂ ਸਲਾਈ ਸਲਾਈ ਵੱਲ ਖਾਸ ਧਿਆਨ ਦਿਓ ਪਹਿਲਾ ਗੁੰਡਾ ਸਿੱਧਾ ਤਾਂ ਅੱਗੇ ਆਪਣੀ ਸਾਈਡ ਦੋ ਵਾਰ ਦੋ ਗੁੰਡਿਆਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਉਲਟਾ ਮਨਕੇ ਇੱਕ ਦੋ ਦੋ ਗੁੰਡੇ ਕਾਟ ਕੇ ਸਲਾਈ ਉੱਪਰ ਇਸ ਤਰ੍ਹਾਂ ਪਾಳ್ ਪਾਵਾਂਗੇ ਇੱਕ ਗੁੰਡਾ ਸਿੱਧਾ ਸਲਾਈ ਉੱਪਰ ਦੂਸਰਾ ਪਾಳ್ ਪਾਵਾਂਗੇ ਇੱਕ ਗੁੰਡਾ ਸਿੱਧਾ ਸਲਾਈਪ ਉੱਪਰ ਤੀਸਰਾ ਵਾਰ ਪਾਵਾਂਗੇ ਇੱਕ ਗੁੰਡਾ ਸਿੱਧਾ ਸਲਾਈਪ ਚੌਥਾ ਵਾਲਾ ਇਸ ਤਰ੍ਹਾਂ ਪਹਿਲਾਂ ਅੱਗੇ ਲੈ ਕੇ ਹੁਣ ਬਾਅਦ ਚ ਪਿੱਛੇ ਲੈ ਜਾ ਕੇ ਅੱਗੇ ਲੈ ਕੇ ਆਵਾਂਗੇ ਜਿਹੜੇ ਗੁੰਡੇ ਆਪਣੇ ਦੋ ਇੱਥੇ ਘਟੇ ਨੇ ਉਹ ਦੋ ਇੱਥੇ ਦੋ ਬੜਾ ਨਾਲ ਵਧ ਕੇ ਜਿਹੜੇ ਦੋ ਬੜਾ ਵੱਧ ਨੇ ਉਹ ਇਧਰਲੀ ਸਾਈਡ ਤੇ ਘਟ ਜਾਣਗੇ ਚਾਰ ਵਾਰ ਦੋ ਗੁੰਡਿਆਂ ਦਾ ਇੱਕ ਗੁੰਡਾ ਭਰਾਵਾਂਗੇ ਉਲਟਾ ਬਣ ਕੇ ਇੱਕ ਦੋ 3 ਜਿਹੜੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣ ਨਾਲ ਕੁੰਡੇ ਘਟਦੇ ਨੇ ਉਹ ਇਹ ਬਲਾਂ ਦੇ ਵਿੱਚ ਚਾਲੀ ਬਣ ਕੇ ਵੱਲ ਜਾਂਦੇ ਨੇ ਆਪਣੇ ਕੁੰਡੇ ਬਰਾਬਰ ਹੋ ਜਾਂਦੇ ਨੇ ਸੜਾਈ ਉਪਰ ਇਸ ਤਰ੍ਹਾਂ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਦੂਸਰਾ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਤੀਸਰਾ ਬਲ ਪਾਵਾਂਗੇ ਇੱਕ ਕੁੰਡਾ ਸਿੱਧਾ ਚੌਥਾ ਬਲ ਇਸ ਤਰ੍ਹਾਂ ਪਾਣਾ ਦੋ ਵਾਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਉਲਟਾ ਹੋਣ ਕੇ ਇੱਕ ਦੋ धागा दूसरी सैड एक उंडा सीधा सेमी सिलाई उल्टी सैड सारी सिलाई उल्टी उल्टी के कंप्लीट कराए ਸੱਤਵੀਂ ਸਲਾਈ ਸਿੱਧੀ ਸਾਈਡ ਸੱਤਵੀਂ ਸਲਾਈ ਸੇਮ ਪੰਜਵੀਂ ਸਲਾਈ ਦੀ ਤਰ੍ਹਾਂ ਹੀ ਬਣਾਵਾਂਗੇ ਪਹਿਲਾ ਗੁੰਡਾ ਸਿੱਧਾ ਧਾਗਾ ਆਪਣੀ ਸਾਈਡ ਦੋ ਵਾਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਦੋ ਚਾਰ ਜਾਲੀਆਂ ਬਣਾਵਾਂਗੇ ਇੱਕ ਦੋ 3ਨ ਚੌਥੀ ਜਾਲੀ ਇਸ ਤਰ੍ਹਾਂ ਬਣ ਪਾ ਗਈ 4 12 ਦੋ ਕੁੰਡਿਆਂ ਦਾ ਇੱਕ ਹੁੰਡਾ ਕਰਾਂਗੇ 1 2 3 4 ਚਾਰ ਜਾਲੀਆਂ ਬਣਾਵਾਂਗੇ 1 ਇੱਕ ਹੁੰਡਾ ਸਿੱਧਾ ਦੋ ਦੂਸਰਾ ਵਾਰ ਇੱਕ ਹੁੰਡਾ ਸਿੱਧਾ ਤੀਸਰਾ ਵਾਰ ਪਾਵਾਂਗੇ ਇੱਕ ਹੁੰਡਾ ਸਿੱਧਾ ਚੌਥਾ ਵਾਰ ਇਸ ਤਰ੍ਹਾਂ ਪਾਵਾਂਗੇ ਦੋ ਵਾਰ ਦੋ ਕੁੰਡਿਆਂ ਦਾ ਇੱਕ ਕਰਾਂਗੇ 1 2 ਤੇ ਲਾਸਟ ਦਾ ਗੁੰਡਾ ਸਿੱਧਾ ਅੱਠਵੀਂ ਸਲਾਈ ਉਲਟੀ ਸਾਈਡ ਸਾਰੀ ਸਲਾਈ ਉਲਟੀ-ਉਲਟੀ ਬਣ ਕੇ ਕੰਪਲੀਟ ਕਰਾਂਗੇ ਇਹਨਾਂ 8 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਓ ਤੇ ਇੱਕ ਸ਼ਾਨਦਾਰ ਡਿਜ਼ਾਈਨ ਤਿਆਰ ਕਰਦੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ